ਸ਼ਤਸ਼ਰੀਆ ਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਵੱਡੀ ਖਬਰ ਤੁਹਾਡੇ ਲਈ सीबीआई ਦੀ ਵਿਸ਼ੇਸ਼ ਅਦਾਲਤ ਨੇ ਬਾਬਰੀ ਮਸਜਿਦ ਟਾਉਣ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਹਾਂਜੀ ਵੱਡੀ ਖਬਰ ਹੈ ਇਹ ਜੱਜ सुरेंद्र ਕੁਮਾਰ ਯਾਦਵ ਨੇ ਭਾਜਪਾ ਗੂ ਲਾਲ ਕ੍ਰਿਸ਼ਨ ਅਡਵਾਨੀ ਮੁਰਲੀ ਮਨੋਹਰ ਜੋਸ਼ੀ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਭਾਜਪਾ ਦੇ ਕੌਮੀ ਪ੍ਰਧਾਨ 우ਮਾ ਭਾਰਤੀ ਵਿਸ਼ੇਸ਼ ਵਿਸ਼ਵ Hindu ਪ੍ਰਿਸ਼ਦ ਦੀ ਸਾਧਵੀ ਸਣੇ 32 ਮੁਲਜ਼ਮਾਂ ਨੂੰ ਦੀ ਭੂਮਿਕਾ ਤੇ ਫੈਸਲਾ ਸੁਣਾਉਂਦੇ ਆ ਕਿ ਆਹ ਕੀ ਇਹ ਕਟਨਾ ਯੋਜਨਾਬੰਦ ਨਹੀਂ ਸੀ ਹਾਂਜੀ 28 ਸਾਲਾਂ ਬਾਅਦ ਕੋਰਟ ਦਾ ਫੈਸਲਾ ਆਇਆ ਤੇ ਉਹਨਾਂ ਨੂੰ 32 ਮੁਲਜ਼ਮਾਂ ਨੂੰ ਅੱਜ ਬਰੀ ਕਰ ਦਿੱਤਾ ਕੋਰਟ ਨੇ 28 ਸਾਲ ਲੰਬੀ ਅਦਾਲਤੀ ਕਾਰਵਾਈ ਦੌਰਾਨ 70 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਹੈਦਰਾਬਾਦ ਸਥਿਤ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਫੈਜ਼ਾਨ ਮੁਸਤਾਫਾ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇਹ ਫੈਸਲਾ ਨਿਰਾਸ਼ਾਵਾਦੀ ਹੈ ਅਤੇ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਲਈ ਇੱਕ ਤੱਕਾ ਹੈ ਉਹਨਾਂ ਨੇ ਕਿਹਾ ਭਾਜਪਾ ਸਿਰਪਸੈਨ ਦੇ ਆਗੂਆਂ ਨੇ ਉਸ ਵੇਲੇ ਦੇ ਭਾਸ਼ਣ ਮੌਜੂਦ ਹਨ ਜਦੋਂ ਉਦੋਂ ਜਿਹੜੀ ਧਰਮ ਸੰਸਦ ਹੋ ਰਹੀ ਸੀ ਉਸ ਵਿੱਚ ਦਿੱਤੇ ਨਾਰੇ ਦੇਖੇ ਜਾ ਸਕਦੇ ਹਨ ਉਸ ਦਿਨ ਆਏ ਕਾਰ ਸੇਵਕ ਕੁਹਾੜੇ ਤਲਵਾਰਾਂ ਤੇ ਰੱਸੀਆਂ ਨਾਲ ਆਏ ਸੀ 6 ਦਸੰਬਰ 1992 ਨੂੰ ਰਾਮ ਜਨਮ ਭੂਮੀ ਅੰਦੋਲਨ ਦੇ ਸਿਖਰ ਤੇ ਅਯੋਧਿਆ ਵਿੱਚ ਬਾਬਰੀ ਮਸਜਿਦ ਨੂੰ ਇੱਕ ਪੀੜ ਨੇ ਢਾਹ ਢੇਰੀ ਕਰ ਦਿੱਤਾ ਜਿਸ ਤੋਂ ਬਾਅਦ ਇਸ ਦੇ ਪਿੱਛੇ ਅਪਰਾਧਿਕ ਸਾਜ਼ਿਸ਼ ਦੀ ਜਾਂਚ ਲਈ ਕੇਸ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਦੰਗਿਆਂ ਵਿੱਚ 2000 ਲੋਕ ਮਾਰੇ ਗਏ ਹਜ਼ਾਰਾਂ ਲੋਕ ਜ਼ਖਮੀ ਹੋਏ ਲੈ ਸਨ ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਇਹ ਇੱਕ ਗੈਣੀ ਮਤੀ ਸਾਜਿਖ ਸੀ ਜਫਰਯਾਬ ਜਲਾਨੀ ਜੋ ਰਾਮ ਜਨਮ ਭੂਮੀ ਬਾ ਬਾਬਰੀ ਮਸਜਿਦ ਦੇ ਜ਼ਮੀਨੀ ਵਿਵਾਦ ਮਾਮਲੇ ਵਿੱਚ ਸੁੰਨੀ ਵਕਫ ਬੋਰਡ ਦੇ ਵਕੀਲ ਸਨ ਸਾਡੇ ਚੈਨਲ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਇਹ ਫੈਸਲਾ ਗਲਤ ਅਤੇ ਕਾਨੂੰਨ ਦੇ ਵਿਰੁੱਧ ਹੈ ਦੱਸਦੇ ਹੋਏ ਕਿਹਾ ਕਿ ਇਸ ਦੇ ਖਿਲਾਫ ਤੈ ਸਮੇਂ ਵਿੱਚ ਹਾਈ ਕੋਰਟ ਵਿੱਚ ਅਪੀਲ ਧਾਇਰ ਕੀਤੀ ਜਾਵੇਗੀ ਜੇ ਲਾਣੀ ਨੇ ਕਿਹਾ ਆਈ ਪੀ ਐਸ ਅਧਿਕਾਰੀ ਸਰਕਾਰੀ ਅਧਿਕਾਰੀ ਅਤੇ ਸੀਨੀਅਰ ਪੱਤਰਕਾਰ ਅਦਾਲਤ ਵਿੱਚ ਗਵਾਹੀ ਦੇ ਚੁਕੇ ਹਨ ਕਿ ਉਹਨਾਂ ਦੇ ਬਿਆਨ ਝੂਠੇ ਹਨ ਅਤੇ ਜੇ ਅਜੀਹਾ ਹੈ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੁੜੇ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਦੇਖਦੇ ਰਹੋ ਮੁੱਖ ਖਬਰਾਂ ਲਈ ਸਾਡਾ ਟੀਵੀ ਯੂਐਸ